ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਿੱਧੂ ਬੁਟੀਕ ਪਟਿਆਲੇ 'ਚ। ਤੁਹਾਡੇ ਲਈ ਲੈ ਕੇ ਆਏ ਹਾਂ ਨਿਊ ਵੀਡੀਓ, ਜਿਹਦੇ ਵਿੱਚ ਦਿਖਾਵਾਂਗੇ ਤੁਹਾਨੂੰ ਕੋਟਨ ਦੇ ਸੂਟਸ, ਜੋ ਕਿ ਹੌਟ ਟ੍ਰੈਂਡਿੰਗ ਦੇ ਵਿੱਚ ਸੂਟ ਰਹਿੰਦੇ ਨੇ, ਬੋਟਮ ਐਮਬਰਾਇਡਰੀ ਵਾਲੇ। ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇੰਸਟਾਗ੍ਰਾਮ 'ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਜਿੱਥੇ ਡੇਲੀ ਦੀ ਆਪਣੀ ਅਪਡੇਟ ਸਾਰੀ ਆਉਂਦੀ ਹੈ, ਜਿਹਦੇ ਵਿੱਚ ਆਪਣੇ ਲੈਸ ਪ੍ਰਾਈਸ ਵਾਲੇ ਪਾਰਟੀ ਵੀਅਰ ਜੋ ਵੀ ਸੂਟਸ ਨੇ ਆਪਾਂ ਸਾਰੇ ਡੇਲੀ ਅਪਡੇਟ ਕਰਦੇ ਹਾਂ। ਵਟਸਐਪ ਗਰੁੱਪ ਬਣਾਏ ਨੇ, ਤੁਸੀਂ ਆਪਣਾ ਨੰਬਰ ਸੈਂਡ ਕਰ ਸਕਦੇ ਹੋ ਅਤੇ ਉੱਥੇ ਐਡ ਆਨ ਹੋ ਕੇ ਡੇਲੀ ਦੀ ਜੋ ਵੀ ਆਪਣੀ ਅਪਡੇਟਸ ਨੇ ਚੈੱਕ ਕਰ ਸਕਦੇ ਹੋ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਜੋ ਆਪਣੇ ਕੋਲ ਸਭ ਤੋਂ ਪਹਿਲਾਂ ਸੂਟ ਆ ਰਿਹਾ ਜੀ, ਇਹਦਾ ਪ੍ਰਾਈਸ ਰਹੇਗਾ 850। ਸੂਟ ਦਾ ਫ੍ਰੀ ਸ਼ਿਪਿੰਗ ਹੈ ਅਨਸਟਿਚ ਦਾ। ਬੋਟਮ ਇਹਦੇ ਵਿੱਚ ਜਿਹੜੀ ਆਪਣੇ ਕੋਲ ਆਏਗੀ ਐਮਬਰੋਇਡਰੀ ਆਏਗੀ, ਠੀਕ ਹੈ, ਅਤੇ ਜਿਹੜਾ ਇਹਦਾ ਆ ਰਹੀ ਹੈ ਸ਼ਰਟ ਆਏਗੀ ਪ੍ਰਿੰਟ ਦੇ ਵਿੱਚ ਆਏਗੀ। ਡਿਜ਼ਾਇਨਸ ਇਹਦੇ ਵਿੱਚ ਡੇਲੀ ਨਿਊ ਅਪਡੇਟ ਹੋ ਰਹੇ ਨੇ, ਪਿਛਲੇ 3-4 ਮੰਥ ਤੋਂ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡਸ ਆ ਰਹੀ ਹੈ। ਦੁਪੱਟਾ ਇਹਦੇ ਵਿੱਚ ਆਪਣੇ ਕੋਲ ਦੋ ਸਟੱਫ ਦੇ ਵਿੱਚ ਆਉਂਦਾ, ਜਾਂ ਮਸਲੀਨ ਦੇ ਵਿੱਚ ਜਾਂ ਕੋਟਾ ਡੋਰੀਆ ਦੇ ਵਿੱਚ। ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਹਦਾ ਵਟਸਐਪ 'ਤੇ ਤੁਸੀਂ ਮੈਸੇਜ ਕਰਕੇ ਆਪਣੇ ਆਰਡਰਸ ਦੇ ਸਕਦੇ ਹੋ, ਇੰਸਟਾਗ੍ਰਾਮ 'ਤੇ ਸਟੋਕ ਚੈੱਕ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖੋ ਜੀ, ਕਾਫੀ ਵਧੀਆ ਲੁੱਕ ਆ ਰਹੀ ਹੈ, ਠੀਕ ਹੈ ਜੀ। ਟਾਈ ਡਾਈਟ ਦੁਪੱਟਾ ਜਿਹਨੂੰ ਆਪਾਂ ਲੈਸ ਲਗਾ ਕੇ ਹਾਈਲਾਈਟ ਕੀਤਾ ਹੋਇਆ ਹੈ, ਅਤੇ ਇੱਦਾਂ ਹੀ ਆਪਾਂ ਇਹਦੀ ਜਿਹੜੀ ਡਿਜ਼ਾਇਨਿੰਗ ਕੀਤੀ ਹੋਈ ਹੈ, ਸ਼ਰਟਸ 'ਤੇ 2 ਪੈਨਲਸ ਬਣਾਏ ਨੇ ਅਤੇ ਇਹਦੇ ਸਲੀਵਸ 'ਤੇ ਲੈਸ ਲਗਾਈ ਹੋਈ ਹੈ, ਠੀਕ ਹੈ ਜੀ। ਪ੍ਰਾਈਸ ਇਹਦਾ 850 ਅਨਸਟਿਚ ਸੂਟ ਦਾ, ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ। ਇਸ ਤੋਂ ਆਪਾਂ ਨੈਕਸਟ ਚੱਲਦੇ ਹਾਂ, ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਡਿਜ਼ਾਇਨ ਹੈ, ਤੁਹਾਨੂੰ ਉਹ ਦਿਖਾਉਂਦੇ ਹਾਂ। ਉਹ ਚੈੱਕ ਕਰੋ ਜੀ, ਤੁਸੀਂ ਚੈੱਕ ਦੇ ਵਿੱਚ ਬਣਿਆ ਹੋਇਆ ਇਹ ਵਾਲਾ ਡਿਜ਼ਾਇਨ। ਅਤੇ ਇਹਦੀ ਜਿਹੜੀ ਸ਼ਰਟ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰਿੰਟਿਡ ਹੈ, ਮੀਨਸ ਇਹਦਾ ਚੈੱਕ ਹੈ, ਕਾਫੀ ਜ਼ਿਆਦਾ ਵਧੀਆ ਪ੍ਰਿੰਟ ਆ ਰਹੇ ਨੇ। ਜਿਵੇਂ ਮਾਡਲ ਦੇ ਸੂਟਸ ਨੇ ਨਾ ਆਪਣੇ ਕੋਲ, ਉਹ ਵੀ ਕਾਫੀ ਜ਼ਿਆਦਾ ਅਪਡੇਟ ਹੋ ਰਹੇ ਨੇ ਬੋਟਮ ਵਰਕ ਵਾਲੇ। ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰਦੇ ਨੇ, ਉਹ ਸਟੋਕ ਸਾਨੂੰ ਬਾਰ ਬਾਰ ਰੀਸਟੋਕ ਕਰਨਾ ਪੈਂਦਾ। ਇੱਦਾਂ ਦੇ ਹੀ ਸੂਟਸ ਨੇ, ਜਿਵੇਂ ਇਹਦਾ ਪ੍ਰਾਈਸ 850 ਹੈ, ਠੀਕ ਹੈ ਜੀ। ਆਪਾਂ ਇਹਨੂੰ ਹਾਈਲਾਈਟ ਕੀਤਾ, ਲੈਸ਼ ਲਗਾ ਕੇ ਸਲੀਵਸ ਦੇ ਕਲਰਫੁੱਲ ਸਾਈਡਸ 'ਤੇ ਲਗਾਈ ਹੈ। ਇਹਦੇ ਵਿੱਚ ਜਿਹੜੀ ਆਪਣੇ ਕੋਲ ਬੋਟਮ ਹੈ ਉਹ ਆਏਗੀ ਪੀਚ ਕਲਰ ਦੀ, ਜਿਹਦੀ ਕਿ ਆਪਾਂ ਸਲਵਾਰ ਰੈਡੀ ਕੀਤੀ ਹੈ। ਤੁਸੀਂ ਐਮਬਰੋਇਡਰੀ ਚੈੱਕ ਕਰ ਸਕਦੇ ਹੋ ਕਿ ਕਿੰਨੀ ਵਧੀਆ ਐਮਬਰੋਇਡਰੀ ਹੋਈ ਹੈ। ਜੇ ਆਪਾਂ ਇੱਕ ਸਿੰਪਲ ਸੂਟ ਲੈ ਕੇ ਐਮਬਰੋਇਡਰੀ ਕਰਵਾਈਏ ਤਾਂ ਉਹਦਾ ਇਕੱਲਾ ਖਰਚਾ ਹੀ ਇੰਨਾ ਆ ਜਾਏਗਾ ਜਿੰਨੇ ਵਿੱਚ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ। 850 ਦੇ ਵਿੱਚ ਸੂਟ, ਫ੍ਰੀ ਸ਼ਿਪਿੰਗ, ਨਾਲ ਦੁਪੱਟਾ ਦੇਖੋ ਜੀ, ਇਹਦੇ ਵਿੱਚ ਕੋਟਾ ਡੋਰੀਆ ਦਾ ਟਾਈ ਡਾਈਟ ਦੁਪੱਟਾ ਆ ਰਿਹਾ। ਸੂਟ ਦੀ ਲੁੱਕ ਥੋੜ੍ਹੀ ਅਲੱਗ ਹੈ, ਕਾਫੀ ਵਧੀਆ ਮੈਚਿੰਗ ਹੈ। ਲੈਸ਼ ਲਗਾ ਕੇ ਆਪਾਂ ਇਹਨੂੰ ਹਾਈਲਾਈਟ ਕੀਤਾ। ਅਨਸਟਿਚ ਸੂਟ ਦਾ ਪ੍ਰਾਈਸ ਰਹੇਗਾ ਜੀ 850, ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ। ਨੈਕਸਟ ਡਿਜ਼ਾਈਨ ਵਿੱਚ ਚੱਲਦੇ ਹਾਂ, ਜਿਹਦੇ ਵਿੱਚ ਆਪਣੇ ਕੋਲ ਆਲ ਓਵਰ ਸੂਟ ਆਏਗਾ। ਇਹ ਵਾਲਾ ਸੂਟ ਹੈ, ਇਹਦੇ ਵਿੱਚ 3 ਤੋਂ 4 ਕਲਰਸ ਆਪਣੇ ਕੋਲ ਸਟੋਕ 'ਚ ਹੁੰਦੇ ਨੇ, ਇਹ ਦੇਖੋ ਜੀ, ਠੀਕ ਹੈ ਜੀ। ਇਹ ਆਲ ਓਵਰ ਸੂਟ ਆਏਗਾ, ਜਿਹੜਾ ਸੂਟ ਛੋਟੇ ਪੰਨੇ ਦਾ ਹੋਏਗਾ ਤਾਂ 5 ਮੀਟਰ, ਵੱਡੇ ਪੰਨੇ ਦਾ ਹੋਏਗਾ ਤਾਂ ਉਹ 3.5 ਮੀਟਰ ਦਾ ਹੋਏਗਾ। ਹੁਣ ਕਈ ਕਸਟਮਰ ਨੂੰ ਡਾਊਟ ਹੁੰਦਾ ਜੀ 3.5 ਮੀਟਰ ਵੱਡੇ ਪੰਨੇ ਦਾ ਸੂਟ ਨਹੀਂ ਬਣਦਾ, ਤੁਸੀਂ ਇਹ ਚੈੱਕ ਕਰ ਸਕਦੇ ਹੋ, ਫੁੱਲ ਸਾਈਜ਼ ਦਾ ਸੂਟ ਹੈ, ਠੀਕ ਹੈ। ਆਪਾਂ 3.5 ਮੀਟਰ ਵੱਡੇ ਪੰਨੇ 'ਚ ਰੈਡੀ ਕੀਤਾ। ਡਿਜ਼ਾਇਨਿੰਗ ਇਹਦਾ ਜਿਹੜਾ ਪ੍ਰਿੰਟ ਵਗੈਰਾ ਨਾ ਕਾਫੀ ਅੱਛਾ, ਇਹਨੂੰ ਕੋਈ ਆਪਾਂ ਐਡ ਔਨ ਨਹੀਂ ਕੀਤਾ ਹੋਇਆ, ਇਹਦੇ ਵਿੱਚ ਆਪਾਂ ਲਾਈਨਿੰਗ ਨਹੀਂ ਲਗਾਈ, ਕੁਛ ਨਹੀਂ ਲਗਾਇਆ, ਇੰਨਾ ਸੋਫਟ ਪ੍ਰਿੰਟ ਹੈ, ਤੁਸੀਂ ਗਰਮੀ 'ਚ ਜਿਵੇਂ ਮਰਜ਼ੀ ਵੀਅਰ ਕਰ ਸਕਦੇ ਹੋ। ਲੈਸ ਲਗਾਈਏ ਜੀ ਆਪਾਂ ਇਹਦੀ, ਇੱਦਾਂ ਹੀ ਸੈਂਟਰ ਦੇ ਵਿੱਚ 2 ਵਾਰੀ ਪੈਨਲਸ ਬਣਾ ਕੇ ਇੱਦਾਂ ਇੱਧਰ ਲੈਸ ਲੱਗੀ ਹੋਈ ਹੈ ਸਲੀਵਸ 'ਤੇ, ਅਤੇ ਸੇਮ ਇਹਦੇ ਜਿਹੜਾ ਨਾ ਕੱਟ ਵਰਕ ਨੀਚੇ ਆ ਰਿਹਾ, ਇੱਦਾਂ ਦਾ ਇਹਦੇ ਕੱਟ ਵਰਕ ਦੁਪੱਟੇ 'ਤੇ ਹੈ। ਬੋਟਮ ਇਹਦੇ ਵਿੱਚ ਆਪਣੇ ਕੋਲ ਰਹੇਗੀ ਸਲਵਾਰ, ਆਲ ਓਵਰ ਸੂਟ ਹੈ, ਅਤੇ ਇਹ ਵਾਲਾ ਇਹਦਾ ਦੁਪੱਟਾ, ਡਿਜ਼ਾਈਨਰ ਦੁਪੱਟਾ ਆ ਰਿਹਾ ਮੈਚਿੰਗ ਦੇ ਵਿੱਚ ਕੋਟਾ ਡੋਰੀਆ ਦੇ ਵਿੱਚ, ਜਿਹਦੇ ਕਿ 4 ਸਾਈਡਸ 'ਤੇ ਇੱਦਾਂ ਹੀ ਪੈਚ ਬਣੇ ਹੋਣਗੇ, ਤੁਸੀਂ ਇਹ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਅਤੇ 4 ਸਾਈਡਸ 'ਤੇ ਇਹਦੇ ਕੱਟ ਵਰਕ ਹੋਇਆ ਹੋਇਆ। ਸੂਟ ਦਾ ਪ੍ਰਾਈਸ 950 ਅਨਸਟਿਚ, ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ, ਤੁਸੀਂ ਇਹ ਦੇਖ ਸਕਦੇ ਹੋ ਜੀ। ਇਸ ਤੋਂ ਨੈਕਸਟ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਡਿਜ਼ਾਈਨ ਦਿਖਾਉਂਦੀ ਹਾਂ, ਇਹ ਵਾਲਾ ਡਿਜ਼ਾਈਨ ਵੀ ਇਹਦੇ ਵਿੱਚ ਹੀ ਹੈ, ਕਾਫੀ ਵਧੀਆ ਕਲਰ ਹੈ ਇਹ, ਇਹ ਤੁਸੀਂ ਚੈੱਕ ਕਰੋ ਜੀ। ਆਪਾਂ ਇਹਨੂੰ ਵਾਈਟ ਕਲਰ ਦੀ ਲੈਸ ਲਗਾ ਕੇ ਹਾਈਲਾਈਟ ਕੀਤਾ ਹੋਇਆ ਹੈ ਸੂਟ ਨੂੰ। ਸੂਟ ਦੀ ਲੁੱਕ ਵੀ ਕਾਫੀ ਜ਼ਿਆਦਾ ਵਧੀਆ, ਵਿਦਆਊਟ ਲਾਈਨਿੰਗ ਸਟਿਚ ਹੋਇਆ। ਪ੍ਰਾਈਸ ਇਹਦਾ ਸੇਮ 950 ਹੈ,
ਚਾਰ ਤੋਂ ਪੰਜ ਕਲਰ ਸੀ ਇਹਦੇ ਵਿੱਚ, ਕਿਉਂਕਿ ਇਹਦੇ ਦੁਪੱਟੇ ਵਗੈਰਾ ਡਿਜ਼ਾਈਨਰ ਹੁੰਦੇ ਆ। ਲੈਸ ਇੱਦਾਂ ਬਣਾਈ ਹੋਈ ਹੈ, ਦੋ ਕਲਰ ਦੀ, ਦੋ ਤਰ੍ਹਾਂ ਦੀ ਲੈਸ ਲਗਾਈ ਹੋਈ ਹੈ ਨੈਕ 'ਤੇ, ਸੇਮ ਆਪਾਂ ਸਲੀਵਸ ਦੇ ਵਿੱਚ ਐਡ ਔਨ ਕੀਤੀ ਹੋਈ ਹੈ, ਕਾਫੀ ਜ਼ਿਆਦਾ ਵਧੀਆ ਲੱਗ ਰਿਹਾ। ਅਤੇ ਇੱਦਾਂ ਹੀ ਇਹਦੀ ਆਪਾਂ ਜਿਹੜੀ ਘੇਰੇ 'ਤੇ ਐਡ ਔਨ ਕੀਤੀ ਹੈ, ਜਿਵੇਂ ਨੀਚੇ ਐਮਬਰੋਇਡਰੀ ਹੋਈ ਹੈ। ਇਹਦਾ ਜਿਹੜਾ ਬੋਟਮ ਆਪਾਂ ਰੈਡੀ ਕੀਤੀ ਹੋਈ ਹੈ, ਪਲਾਜ਼ੋ ਰੈਡੀ ਕੀਤਾ, ਉਹਦੇ ਵਿੱਚ ਵੀ ਦੇਖੋ ਆਪਾਂ ਲੈਸ ਐਡ ਕਰਕੇ ਲਗਾਈ ਹੈ। ਇਹਦਾ ਵੀ ਕਾਫੀ ਜ਼ਿਆਦਾ ਟ੍ਰੈਂਡ ਹੈ, ਕਸਟਮਰ ਵੀ ਡਿਮਾਂਡ ਕਰਦੇ ਹਾਂ ਕਿ ਉਹਨਾਂ ਨੂੰ ਕੁਛ ਅਲੱਗ ਡਿਜ਼ਾਇਨਿੰਗ ਚਾਹੀਦੀ ਹੈ। ਦੁਪੱਟਾ ਇਹਦੇ ਵਿੱਚ ਆਪਣੇ ਕੋਲ ਆਏਗਾ ਮੈਚਿੰਗ ਦੇ ਵਿੱਚ, ਗ੍ਰੇ ਕਲਰ ਦੇ ਵਿੱਚ। ਤੁਸੀਂ ਇਹ ਚੈੱਕ ਕਰ ਸਕਦੇ ਹੋ ਜੋ ਇਹਦਾ ਦੁਪੱਟਾ ਆ ਰਿਹਾ ਆ, ਫੋਰ ਸਾਈਡਸ 'ਤੇ ਕੱਟ ਵਰਕ ਹੋਇਆ, ਇੱਦਾਂ ਹੀ ਇਹਦੇ ਜਿਹੜੇ ਸਾਈਡਸ 'ਤੇ ਫੋਰ ਸਾਈਡਸ 'ਤੇ ਆ, ਸਾਰੇ ਇਹਦੇ ਪੈਨਲ ਬਣਿਆ ਹੋਏਗਾ ਜੀ, ਇੱਦਾਂ ਦੇ। ਇਹ ਸੀ ਆਪਣੀ ਕੋਟਨ ਡਿਜ਼ਾਇਨਿੰਗ। ਕੋਟਨ ਦੇ ਵਿੱਚ ਆਪਣੇ ਕੋਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ, ਘੱਟ ਪ੍ਰਾਈਸ 'ਤੇ ਕਹਿ ਲਓ, ਫ੍ਰੀ ਸ਼ਿਪਿੰਗ ਦੇ ਨਾਲ ਕਾਫੀ ਜ਼ਿਆਦਾ ਸਟੋਕ ਅਵੇਲੇਬਲ ਹੈ। ਕਸਟਮਰ ਨੂੰ ਕਈ ਵਾਰ ਹੁੰਦਾ ਕਿ ਤੁਸੀਂ ਇੰਨਾ ਘੱਟ ਪ੍ਰਾਈਸ ਦੇ ਰਹੇ ਹੋ ਤਾਂ ਤੁਹਾਡੀ ਕੁਆਲਿਟੀ ਨਹੀਂ ਅੱਛੀ ਹੋਏਗੀ, ਬਟ ਇੱਦਾਂ ਦਾ ਕੁਛ ਨਹੀਂ ਹੁੰਦਾ। ਕੁਆਲਿਟੀ ਸਾਡੀ ਹੁੰਦੀ ਹੈ, ਸਾਨੂੰ ਆਪਣੇ ਵੱਲੋਂ ਹੁੰਦਾ ਕਿ ਤੁਹਾਨੂੰ ਬੈਸਟ ਕੁਆਲਿਟੀ ਦਈਏ ਤਾਂ ਕਿ ਤੁਸੀਂ ਨੈਕਸਟ ਟਾਈਮ ਵੀ ਸਾਡੇ ਕੋਲ ਸੂਟ ਬਾਏ ਕਰੋ। ਠੀਕ ਹੈ ਜੀ, ਕੋਈ ਵੀ ਡਾਊਟ ਆ ਜਾਂ ਇਨਕੁਆਇਰੀ ਹੈ, ਵਟਸਐਪ 'ਤੇ ਮੈਸੇਜ ਕਰਕੇ ਤੁਸੀਂ ਕਲੀਅਰ ਕਰ ਸਕਦੇ ਹੋ। ਇਸੇ ਤਰ੍ਹਾਂ ਵੀਡੀਓਜ਼ ਨੂੰ ਦੇਖਦੇ ਰਹੋ, ਸ਼ੇਅਰ ਕਰਦੇ ਰਹੋ। ਥੈਂਕ ਯੂ ਸੋ ਮੱਚ।